ਪਿੰਡਾਂ ਦੀਆਂ ਸਾਂਝੀਆਂ ਥਾਵਾਂ 'ਤੇ ਜੇ ਵੱਡੇ ਪੱਧਰ ਤੇ ਇਲੈਕਟ੍ਰੋਨਿਕ ਦਾ ਸਮਾਨ ਲੈਣਾ ਨਾ ਤੁਹਾਨੂੰ ਮਲੇਰ ਕੋਟਲੇ ਇੱਕ ਇਹੋ ਜਿਹਾ ਸ਼ੋਅਰੂਮ ਤੇ ਲੈ ਕੇ ਆਇਆ ਜਿਹੜਾ 30 ਸਾਲ ਪੁਰਾਣਾ ਪਾਵੇਂ ਗੁਰਦੁਆਰਾ ਸਾਹਿਬ ਚ ਏਸੀ ਲਵਾਉਣੇ ਨੇ ਪਾਵੇਂ ਸਾਂਝੀਆਂ ਥਾਵਾਂ ਤੇ ਵਾਟਰ ਕੂਲਰ ਤੇ ਫਰਿੱਜ ਵੱਡੇ ਰੱਖਣੇ ਨੇ ਤਾਂ ਇਹ ਸ਼ੋਰੂਮ ਤੇ ਤੁਹਾਨੂੰ ਸਸਤਾ ਰੇਟ ਤੇ ਵੱਡਾ ਸਟਾਕ ਮਿਲੂ ਤੇ ਮਿਲੂ ਵੀ ਜਮਾ ਕੰਪਨੀ ਦਾ ਕਿਉਂਕਿ ਇਹ ਸ਼ੋਰੂਮ ਕੰਪਨੀ ਤੋਂ ਬਿਨਾ ਕੰਮ ਹੀ ਨਹੀਂ ਕਰਦਾ ਇੱਥੇ ਨਾ ਐਂਡਰੌਇਡ ਫੋਨ ਰੱਖਿਓ ਨੇ ਇਹ ਤੁਸੀਂ ਲੈ ਸਕਦੇ ਆ ਅਨੁਸਾਰ ਤੇ ਅੱਗੇ ਨਾ ਇਹ ਲੈਂਡ ਚ ਜਹਾਜ਼ਾਂ ਜੱਡੇ ਫਰਿੱਜ ਪਏ ਨੇ ਤੇ ਬਾਸੰਗ ਮਸ਼ੀਨਾ ਪਈਆਂ ਨੇ ਫਰਿੱਜਾਂ ਦੀ ਗੱਲ ਫੇਰ ਕਰਦੇ ਆ ਤੇ ਜਿਵੇਂ ਤੁਸੀਂ 10000 ਤੋਂ ਉੱਪਰ ਸ਼ਾਪਿੰਗ ਕਰ ਲਈ ਤਾਂ ਤੁਹਾਨੂੰ ਇਹ ਗਿਫਟ ਮਿਲਣਗੇ ਹਰੇਕ ਆਈਟਮ ਦੇ ਉਪਰ ਪਰ ਆ ਤੁਸੀਂ ਦੇਖ ਸਕਦੇ ਹੋ ਡਬਲ ਡੋਰ ਸਿੰਗਲ ਡੋਰ ਤੁਹਾਡੇ ਘਰ ਦੇ ਰੰਗ ਨਾਲ ਮੈਚ ਕਰਕੇ ਫਰਿੱਜ ਦੇਣਗੇ 1000 LG Samsung ਸਾਰੇ ਕੰਪਨੀਆਂ ਦੇ ਫਰਿੱਜ ਕੰਪਨੀ ਤੋਂ ਬਿਨਾ ਜਮੈਂਸ ਤੁਹਾਨੂੰ ਮੈਂ ਪਹਿਲੀ ਦੱਸਦਾ ਵੀ ਕੰਪਨੀ ਤੋਂ ਬਿਨਾ ਇਹ ਕੰਮ ਨਹੀਂ ਕਰਦਾ ਕਿਉਂਕਿ ਸਾਂਝੀਆਂ ਥਾਵਾਂ ਤੇ ਕੰਪਨੀ ਹੀ ਚੱਲਦੀ ਆ ਇਹ ਤੁਹਾਨੂੰ ਖੋਲ ਕੇ ਦਿਖਾਤਾ ਤੇ ਤੁਸੀਂ ਘਰਾਂ ਖਾਤਰ ਵੀ ਸਮਾਨ ਲੈ ਸਕਦੇ ਇਹ ਨਹੀਂ ਹੈਗਾ ਕਿ ਤੁਹਾਨੂੰ ਘਰਾਂ ਖਾਤਰ ਇੱਕ ਸਿੰਗਲ ਆਈਟਮ ਨਹੀਂ ਮਿਲਣੀ ਮਿਲੂ ਵੀ ਹੋਲ ਸੇਲ ਰੇਟ ਤੇ ਕਿਉਂਕਿ ਜਿਹੜੇ ਇਹ ਦੁਕਾਨਦਾਰ ਨੇ ਇਹ ਹੋਲ ਸੇਲ ਦੀ ਕੰਮ ਕਰਦ ਨੇ ਤੇ ਅੱਗੇ ਦੁਕਾਨਾਂ ਨੂੰ ਵੀ ਸਪਲਾਈ ਕਰਦ ਨੇ ਆਜੋ ਕਾਲੀ ਕਾਲੀ ਚਲੋ ਤੁਹਾਨੂੰ ਦੱਸਦੇ ਆ ਜੇ ਤੁਸੀਂ ਵੱਡੇ ਤੋਂ ਵੱਡਾ ਫਰਿੱਜ ਵੀ ਲੈਣਾ ਉਸੇ ਤਰ੍ਹਾਂ ਛੋਟੀ ਤੋਂ ਛੋਟੀ ਵੱਡੇ ਤੋਂ ਵੱਡੀ ਵਾਸنگ ਮਸ਼ੀਨ ਵੀ ਤੁਹਾਨੂੰ ਇੱਥੇ ਮਿਲ ਜੂਗੀ ਹੁਣ ਆ ਗਈ ਘਰਾਂ ਚ ਐਲਸੀਡੀਆਂ ਤੇ ਐਲਈਡੀ ਲਾਉਣ ਦੀ ਗੱਲ ਸੱਜਣੋ 32 ਇੰਚ ਤੋਂ ਲੈ ਕੇ 75 85 ਇੰਚ ਤੱਕ ਵੱਡੀਆਂ ਵੱਡੀਆਂ ਤੁਸੀਂ ਲੈ ਸਕਦੇ ਹੋ ਹੈਅਰ ਤੇ ਸ਼ੋਨੀ ਕੰਪਨੀਆਂ ਨੇ ਦੋਨੇ ਬ੍ਰਾਂਡ ਦੀਆਂ ਕਿਉਂਕਿ ਜੇ ਇੱਕ ਵਾਰੀ ਬ੍ਰਾਂਡ ਨਾਂ ਦੀ ਚੀਜ਼ ਲਾ ਲਈ ਤਾਂ ਮੁੜ ਕੇ ਉਲਾਂਬੇ ala ਸਾਰਾ ਕੰਮ ਖਤਮ ਹੋ ਜੂ ਕਿਉਂਕਿ ਇਹ ਆਪਾਂ ਰੋਜ਼ ਵਰਤਨੀਆ ਰੋਜ਼ ਦੇਖਨੀਆ ਇਹਨਾਂ ਦਾ ਫਰਕ ਇਹੀ ਆ ਕਿ ਇਹਨਾਂ ਦੀ ਸਕਰੀਨ ਬਹੁਤ ਜ਼ਿਆਦਾ ਸੋਹਣੀ ਹੁੰਦੀ ਹੈ ਤੇ ਮਿਲੂਵੇ ਤੁਹਾਨੂੰ ਜੈਨੂਨ ਰੇਸਟਾਂ ਤੇ ਮਿਲੂਗੀ ਆਜੋ ਹੁਣ ਤੁਹਾਨੂੰ ਕਮਾਲ ਦੀ ਚੀਜ਼ ਦਿਖਾਈਏ ਪਿੰਡਾਂ ਖਾਤਰ ਸਾਂਝੀਆਂ ਜਗ੍ਹਾ ਤੇ ਰੱਖਣ ਲਈ ਵੱਡੇ ਵੱਡੇ ਡੀ ਫ੍ਰਿਜ ਤੇ ਵੱਡੀਆਂ ਵੱਡੀਆਂ ਬਾਸਿੰਗ ਮਸ਼ੀਨਾਂ ਤੇ ਸੋਹਣੇ ਸੋਹਣੇ ਵੱਡੇ ਵੱਡੇ ਇਹ ਸਾਰਿਆਂ ਉੱਤੇ ਗਿਫਟ ਰੱਖੇ ਹੋਏ ਨੇ ਤੁਸੀਂ ਫ੍ਰਿਜ ਦੇਖ ਸਕਦੇ ਹੋ ਜੇ ਤੁਸੀਂ ਗੁਰਦੁਆਰਾ ਸਾਹਿਬ ਜੀ ਫਰਿੱਜ ਲੈ ਕੇ ਰੱਖਣਾ ਚੀਜ਼ਾਂ ਖਰਾਬ ਹੁੰਦੀਆਂ ਨਾ ਤਾਂ ਉੱਥੇ ਲੈ ਸਕਦੇ ਹੋ ਹੋਲ ਸੇਲ ਰੇਟ ਤੇ ਤੇ ਪਿੰਡ ਦੀਆਂ ਸਾਂਝੀਆਂ ਥਾਵਾਂ ਤੇ ਪੰਚਾਇਤਾਂ ਨੂੰ ਵੀ ਬੇਨਤੀ ਹੈ ਜੇ ਤੁਸੀਂ ਵਾਟਰ কুলਰ ਲਾਉਣਾ ਕੋਈ ਵੱਡੀਆਂ ਸਗਾ ਤੇ ਏਸੀ ਲਾਉਣੇ ਨੇ ਤਾਂ ਤੁਸੀਂ ਲੈ ਸਕਦੇ ਹੋ ਕਿਉਂਕਿ ਇਹ ਵਾਟਰ কুলਰ ਵੀ ਆਪ ਤਿਆਰ ਕਰਦੇ ਨੇ ਜਿਹੜੇ ਏਸੀ ਨੇ ਇਹ ਵੀ ਇਹਨਾਂ ਕੋਲੇ ਬ੍ਰਾਂਡ ਦੇ ਨੇ ਡੈਕਨ ਮਿਸੂਬੀਸੀ ਹੈਵੀ ਡਿਊਟੀ ਏਸੀ ਮਿਲਣਗੇ ਤੁਹਾਨੂੰ ਇੱਥੇ ਹੋਰ ਚੱਕੋ ਇੱਕ ਖਾਸ ਖਾबरी ਲਈ ਗੱਲ ਇਹ ਤੁਹਾਨੂੰ ਕਿਸ਼ਤਾਂ ਤੇ ਵੀ ਸਮਾਨ ਦੇ ਦੇਣਗੇ 0% ਤਾਂ ਉਹਦਾ ਉਹ ਵਿਆਜ ਤੇ ਪੇਮੈਂਟ ਵੀ ਡਾਊਨ ਹੋ ਜਿਹੜੀ ਉਹ 0% ਹੋਏ ਸੀ ਤਾਂ ਇੱਕ ਤੋਂ ਇੱਕ ਵੱਡੇ ਤੋਂ ਵੱਡਾ ਪਿਆ ਪਰ ਇਹ ਕੰਪਨੀਆਂ ਦੇ ਤੁਹਾਡੇ ਘਰ ਆ ਕੇ ਖਰਾਬ ਨਹੀਂ ਹੋਣਗੇ ਇਹ ਸ਼ੋਰੂਮ 30 ਸਾਲ ਪੁਰਾਣਾ ਪਰ ਲੱਗ ਤੁਹਾਨੂੰ ਨਵਾਂ ਰਿਹਾ ਤੇ ਚੱਲੂ 30 ਸਾਲ ਪੁਰਾਣੀ ਚੀਜ਼ ਸ਼ੋਰੂਮ ਤਾਂ ਹੀ ਜੇ ਉਹ ਤੁਹਾਨੂੰ ਵਧੀਆ ਚੀਜ਼ ਦੇਣਗੇ ਆ ਜਿਹੜੇ ਡੀ ਫ੍ਰਿਜ ਦੇਖੇ ਨੇ ਤੁਸੀਂ ਘਰਾਂ 'ਚ ਵੀ ਰੱਖ ਸਕਦੇ ਹੋ ਕੋਈ ਜੁਆਇੰਟ ਫੈਮਲੀਆਂ ਨੇ ਪਿੰਡਾਂ 'ਚ ਦੁਕਾਨਦਾਰ ਵੀਰ ਵੀ ਇੱਥੋਂ ਵੱਡੇ ਫ੍ਰਿਜ ਖਰੀਦ ਸਕਦੇ ਨੇ ਸੱਜਣੋ ਹੁਣ ਆਗੇ ਜੇ ਤੁਸੀਂ ਘਰਾਂ 'ਚ ਛੋਟੇ ਫ੍ਰਿਜ ਲੈਣੇ ਨੇ ਘਰਾਂ ਖਾਤਰ ਕੱਲੀ-ਕੱਲੀ ਆਈਟਮ ਲੈਣੀਆਂ ਤਾਂ ਵੀ ਤੁਸੀਂ ਇਹ ਸ਼ੋਰੂਮ ਤੇ ਬਿਨਾ ਝਿਜਕੇ ਪਹੁੰਚ ਸਕਦੇ ਇਹ ਛੋਟੇ ਫ੍ਰਿਜ ਪਏ ਨੇ ਤੇ ਜਿਹੜਾ ਉੱਪਰ ਪਿਆ ਸਮਾਨ ਇਹ ਵੀ ਇਨਾਂ ਕੋਲ ਵਧੀਆ ਮਾਈਕ੍ਰੋਵੇਵ ਘਰਾਂ ਖਾਤਰ ਸਿੰਗਲ ਆਈਟਮ ਲਜਾਣੀਆਂ ਦਿਵਾਲੀ ਕਰਕੇ ਥੋੜਾ ਜਿਹਾ ਤੇ ਡਿਸਕਾਊਂਟ ਲੱਗਿਆ ਹੋਇਆ ਡਿਸਕਾਊਂਟ ਤਾਂ ਤਾਂ ਹੀ ਥੋੜਾ ਲੱਗਿਆ ਕਿਉਂਕਿ ਰੇਟ ਇਹਦਾ ਪਹਿਲੀ ਜੈਨੂਇਨਾ ਤੁਹਾਨੂੰ ਰੇਟ ਪੱਕੋਂ ਤੁਸੀਂ ਪਤਾ ਕਰਕੇ ਆ ਸਕਦੇ ਹੋ ਇਹ ਸ਼ੋਅਰੂਮ ਤੇ ਆਟੋਮੈਟਿਕ ਵੱਡੀਆਂ ਮਿਲ ਨਹੀਂ ਆ ਤੁਹਾਨੂੰ ਵਾਸ਼ਿੰਗ ਮਸ਼ੀਨਾਂ ਇਹ ਵੀ ਤੁਸੀਂ ਸਾਂਝੀ ਜਗ੍ਹਾ ਤੇ ਰੱਖ ਸਕਦੇ ਹੋ ਤੇ ਤੁਹਾਨੂੰ ਪਹਿਲਾਂ ਇਹ ਗੱਲ ਦੱਸਿਓ ਜੇ ਤੁਸੀਂ ਘਰ ਖਾਤਰ ਵੀ ਇੱਕ ਸਿੰਗਲ ਚੀਜ਼ ਲੈਣੇ ਤਾਂ ਤੁਹਾਨੂੰ ਸਸਤੇ ਰੇਟ ਤੇ ਮਿਲ ਜੂ ਸਿੱਧੇ ਜੇ ਹ ਦੇਖ ਸਕਦੇ ਇਹਨੂੰ ਆਪਾਂ ਖੋਲ ਕੇ ਵੀ ਦਿਖਾਉਣਾ ਇੱਕ ਵਾਰੀ ਖੋਲਾਂਗੇ ਵੀ ਇਹਨੂੰ ਤੇ ਤੁਸੀਂ ਦੇਖੋ ਕਿੰਨੀਆਂ ਸੋਹਣੀਆਂ ਲੱਗਦੀਆਂ ਨੇ ਤੇ ਸੋਹਣੀਆਂ ਤਾਂ ਨੇ ਕਿਉਂਕਿ ਕੁਆਲਿਟੀ ਦੀ ਲੈ ਵੀ ਦੇਖ ਸਕਦੇ ਹੋ ਤੁਸੀਂ ਇਹ ਖੋਲਤੀ ਮੈਂ ਵੇ ਇਹ ਨਾ ਬਾਹਰਲੇ ਦੇਸ਼ਾਂ 'ਚ ਮਸ਼ੀਨਾਂ ਹੁੰਦੇ ਨੇ ਇਹੋ ਜਿਹਿਆਂ ਦੇਖੋ ਤੁਸੀਂ ਦੇਖ ਸਕਦੇ ਹੋ ਇਹ ਤੁਸੀਂ ਘਰ ਖਾਤਰ ਖਰੀਦ ਸਕਦੇ ਹੋ ਸੱਜਣੋ ਆਹ ਪੜ੍ਹ ਲਓ ਨੇੜੇ ਕਰਦੇ ਮਿੱਤਰਾਂ ਥੋੜਾ ਜਿਹਾ ਕੈਮਰਾ ਨੇੜੇ ਕਰਦੇ ਪੜ੍ਹ ਲਓ ਇਹ ਕੀ ਲਿਖਿਆ ਕੰਪਨੀ ਦਾ ਨਾਮ ਲਿਖਿਆ ਹੋਇਆ ਕਿਉਂਕਿ ਕੰਪਨੀ ਦੀ ਚੀਜ਼ ਆ ਕੋਈ ਵੀ ਮੰਨ ਲਓ ਡੁਪਲੀਕੇਟ ਨਹੀਂ ਤੁਹਾਨੂੰ ਇੱਥੇ ਮਿਲੂਗੀ ਚੱਕੋ ਮਿੱਤਰੋ ਫ੍ਰਿਜ ਠੰਡੇ ਵਾਲਾ ਫ੍ਰਿਜ ਸੀ ਜਿਹਦੇ ਮੈਂ ਹੱਥ ਲਾ ਕੇ ਤੁਹਾਨੂੰ ਦਿਖਾਇਆ ਸੀ ਆ ਰਸੋਈ 'ਚ ਚਿਮਣੀਆਂ ਚੁੰਮਣੀਆਂ ਇਹ ਵੀ ਇਹ ਚੀਜ਼ ਰੱਖਦੇ ਨੇ ਤੁਸੀਂ ਲਾ ਸਕਦੇ ਹੋ ਘਰਾਂ 'ਚ ਇਹਨਾਂ ਨੂੰ ਤੁਰੇ ਚੱਲੋ ਮਿੱਤਰੋ 1.5 ਮਿੰਟ ਦੀ ਹੋਰ ਵੀ ਹੋਰ ਸੋਹਣੀ ਗੱਲ ਵੀਡੀਓ ਦੇ ਅਖੀਰ ਤੱਕ ਦੱਸਾਂਗੇ ਉਹ ਗੱਲ ਜਰੂਰ ਸੁਣਿਓ ਤੁਸੀਂ ਆਪਾਂ ਜਿੱਧਰ ਦੀ ਆਏ ਸੀ ਉਹੀ ਰਸਤੇ ਦੁਆਰੇ ਆਗੇ ਇਧਰ ਤੁਸੀਂ ਬਾਸ ਸਿੰਘ ਮਸ਼ੀਨਾ ਵੀ ਦੇਖ ਸਕਦੇ ਤੇ ਗੀਜਰ ਵੀ ਪਏ ਨੇ ਗੀਜਰ ਹੁਣ ਲੋਡ ਆ ਛਿਆਲਾਂ ਚ ਤੁਸੀਂ ਲਿਆ ਸਕਦੇ ਇਹ ਵੀ ਸਾਂਝੀ ਜਗ੍ਹਾ ਤੇ ਲਾ ਸਕਦੇ ਹੋ ਫਰਿਜ ਦੇਖੋ ਛੋਟਾ ਤੋਂ ਛੋਟਾ ਤੇ ਵੱਡੇ ਤੋਂ ਵੱਡਾ ਮਿਲੂ ਫਰਿਜ ਲਓ ਹੁਣ ਤੁਸੀਂ ਕਾਪੀ ਪੈਨ ਚੱਕ ਲਓ ਪੱਕਾ ਐਡਰੈਸ ਆ ਜਿਹੜਾ ਪਤਾ ਉਹ ਨੋਟ ਕਰ ਲਓ ਵੀ ਇਹ ਸ਼ੋਰੂਮ ਕਿੱਥੇ ਆ ਸ਼ਹਿਰਾ ਮਲੇਰ ਕੋਟਲਾ ਪੰਜਾਬ ਦਾ ਨਵਾਂ ਜ਼ਿਲ੍ਹਾ ਉੱਥੇ ਨਾ ਇੱਕ ਮੇਨ ਬੱਸ ਸਟੈਂਡ ਆ ਬੱਸ ਸਟੈਂਡ ਤੋਂ ਅਨਾਜ ਮੰਡੀ ਨੂੰ ਰੋਡ ਜਾਂਦਾ ਇੱਕ ਜਾ ਕੇ ਖੱਬੇ ਹੱਥ ਥਿੰਡ ਰੈਫ੍ਰਿਜਰੇਸ਼ਨ ਇਹ ਸ਼ੋਰੂਮ ਦਾ ਨਾਮ ਤੇ ਜਿਹੜੀ ਮੈਂ ਤੁਹਾਨੂੰ ਕਿਹਾ ਸੀ ਵੀਡੀਓ ਦੇ ਐਂਡ ਚ ਘੈਂਟ ਜੀ ਗੱਲ ਦੱਸੂ ਇਹਦੇ ਸਾਹਮਣੇ ਨਾ ਦੋ ਦੁਕਾਨਾਂ ਹੋਰ ਨੇ ਇੱਕ ਤੋਂ ਤਾਂ ਸਪੇਅਰ ਦਾ ਸਾਰਾ ਸਮਾਨ ਮਿਲਦਾ ਤੇ ਦੂਜੇ ਪਾਸੇ ਹੁੰਦੀ ਹੈ ਰਿਪੇਅਰ ਮੰਨ ਕੇ ਚਲੋ ਤੁਹਾਡੀ ਕੋਈ ਚੀਜ਼ ਖਰਾਬ ਹੋ ਗਈ ਤਾਂ ਤੁਹਾਨੂੰ ਬਾਹਰੇ ਜਾਣ ਦੀ ਲੋੜ ਨਹੀਂ ਆ ਤੁਸੀਂ ਮੇਰੇ ਪਿੱਛੇ ਲਿਖਿਆ ਪੜ ਸਕਦੇ ਹੋ ਥਿੰਡ ਰੈਫ੍ਰਿਜਰੇਸ਼ਨ ਸੈਂਟਰ ਮਲੇਰ ਕੋਟਲਾ ਹੈਵੀ ਡਿਊਟੀ ਉੱਪਰ ਲਿਖੇ ਹੋਏ ਨੇ 에어 ਕੰਡੀਸ਼ਨਰ ਮਿਲਣਗੇ ਦਿਵਾਲੀ ਆਫਰ ਹੁਣ ਵੀਡੀਓ ਸ਼ੇਅਰ ਕਰਕੇ ਪੰਜਾਬ ਆਪਦੇ ਕੋਨੇ-ਕੋਨੇ ਤੱਕ ਪਹੁੰਚਾ ਦਿਓ ਧੰਨਵਾਦ ਸ਼ੁਕਰੀਆ ਮਿਹਰਬਾਨੀ ਜੀ